ਮਿਸਟਰ ਫੋਨ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਗੁੱਡ ਮੋਰਨਿੰਗ। ਇਹ ਵੀਡੀਓ ਪੰਜਾਬੀ ਭਾਸ਼ਾ 'ਚ ਹੈ। ਇਹਦਾ ਟਾਈਟਲ ਹੈ ਕਨੇਡਾ ਜਾਣ ਵਾਲੇ ਵਿਦਿਆਰਥੀ 2024 ਵਿੱਚ ਜਿਹੜੇ 10+2 ਤੋਂ ਬਾਅਦ ਕਨੇਡਾ ਜਾਂਦੇ ਨੇ ਉਹ ਪੱਕੇ ਹੋ ਸਕਣ ਦੀ ਕੋਈ ਆਸ ਨਹੀਂ ਹੈ ਜਦ ਤੱਕ ਕਿ ਉੱਥੇ ਕੁਝ ਸਰਕਾਰ ਦੀ ਪੋਲਿਸੀ ਵਿੱਚ ਚੇਂਜਸ ਨਾ ਆ ਜਾਣ। ਇਹ ਮੈਂ ਤੁਹਾਨੂੰ ਆਪਦੇ ਤਜਰਬੇ ਮੁਤਾਬਕ ਦੱਸ ਰਿਹਾ ਕਿ ਪਹਿਲਾਂ 5-6 ਸਾਲ ਪਹਿਲਾਂ ਜੋ ਵਿਦਿਆਰਥੀ 10+2 ਦੇ ਬੇਸ 'ਤੇ ਗਏ ਸੀ ਉਹ ਅੱਜ ਤੱਕ ਪੱਕੇ ਨਹੀਂ ਹੋ ਪਾਏ। ਆਪਦੇ ਮਾਂ ਬਾਪ 'ਤੇ ਵੱਧ ਵਿਧੂ ਬੋਝ ਪਾਉਂਦੇ ਨੇ ਕਿਉਂਕਿ ਭਾਰਤ ਤੋਂ ਫਿਰ ਪੇਰੈਂਟਸ ਨੂੰ ਉਹਨਾਂ ਨੂੰ ਹਰ ਮਹੀਨੇ ਖਰਚੇ ਲਈ ਪੈਸੇ ਭੇਜਣੇ ਪੈਂਦੇ ਨੇ। ਤਾਂ ਕਿ ਤੁਸੀਂ ਆਸਾਨੀ ਨਾਲ ਕਨੇਡਾ ਜਾ ਕੇ ਪੱਕੇ ਹੋ ਸਕੋ, ਤੁਸੀਂ 10+2 ਤੋਂ ਬਾਅਦ ਘੱਟੋ ਘੱਟ 1 ਸਾਲ ਦਾ ਕੋਈ ਵੀ ਕੋਰਸ ਜਿਹੜਾ ਤੁਹਾਡੀ ਮਰਜ਼ੀ ਮੁਤਾਬਕ ਸਹੀ ਹੋਵੇ, 13 ਸਾਲ ਦੀ ਪੜ੍ਹਾਈ ਕਰਕੇ ਤੁਸੀਂ ਭਾਰਤ ਤੋਂ ਕਨੇਡਾ ਜਾ ਸਕਦੇ ਹੋ ਅਤੇ ਕਨੇਡਾ ਤੋਂ ਪੱਕੇ ਹੋ ਸਕਦੇ ਹੋ। ਹੋਰ ਕੋਈ ਜੇਕਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਡੇ ਉੱਪਰ ਦਿੱਤੇ ਗਏ ਫੋਨ ਨੰਬਰਾਂ 'ਤੇ ਮੰਡੇ ਟੂ ਫਰਾਈਡੇ ਸੰਪਰਕ ਕਰ ਸਕਦੇ ਹੋ ਅਤੇ ਸਾਡੇ ਕੋਲੋਂ ਵਧੇਰੇ ਜਾਣਕਾਰੀ ਮੁਫਤ ਵਿੱਚ ਪਾ ਸਕਦੇ ਜੀ। ਅਸੀਂ ਤੁਹਾਨੂੰ ਫ੍ਰੀ ਵਿੱਚ ਜਾਣਕਾਰੀ ਦਿੰਦੇ ਹਾਂ। ਜੇਕਰ ਤੁਸੀਂ ਕੈਨੇਡਾ ਸਟੱਡੀ ਪਰਮਿਟ 'ਤੇ ਜਾ ਰਹੇ ਹੋ ਜਾਂ ਵਰਕ ਪਰਮਿਟ 'ਤੇ ਜਾ ਰਹੇ ਹੋ ਸਾਡੇ ਕੋਲੋਂ 4-6 ਵੀਕ ਟ੍ਰੇਨਿੰਗ ਲੈ ਲਵੋ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਨੌਕਰੀ ਮਿਲ ਸਕੇ, ਉੱਥੇ ਤੁਸੀਂ ਕਮਰਾ ਕਿਵੇਂ ਲੈ ਸਕੋ, ਸਹੀ ਸਟੇਟ ਤੁਸੀਂ ਉਸ ਸਟੇਟ ਵਿੱਚ ਵੀ ਜਾ ਸਕਦੇ ਜੀ ਜਿੱਥੇ 18 ਮਹੀਨੇ ਬਾਅਦ ਪੱਕੇ ਹੋ ਸਕਦੇ ਜੀ। ਸਾਡੇ ਕੋਲੋਂ ਫ੍ਰੀ ਵਿੱਚ ਜਾਣਕਾਰੀ ਲਓ ਫਿਰ ਜਾਓ ਤਾਂ ਕਿ ਤੁਹਾਨੂੰ ਉੱਥੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਜਾਣਕਾਰੀ ਵਾਸਤੇ ਸਾਡੇ ਉਪਰੋਕਤ ਦਿੱਤੇ ਗਏ ਫੋਨ ਨੰਬਰਾਂ 'ਤੇ ਮੰਡੇ ਟੂ ਫਰਾਈਡੇ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਨੂੰ ਹਰ ਜਾਣਕਾਰੀ ਫ੍ਰੀ ਆਫ ਕੋਸਟ ਦੇਵਾਂਗੇ। ਥੈਂਕ ਯੂ ਵੈਰੀ ਮੱਚ, ਸਟੇ ਕਨੈਕਟਡ ਵਿਦ ਅਸ।